ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਬੰਦੋਬਸਤ ਸਕੂਲ ਵੱਲੋਂ ਕੀਤੇ ਗਏ ਨੇ। ਇੱਥੇ ਫੇਸ ਸ਼ੀਲਡ ਵੀ ਪਈ ਹੈ, ਥਰਮਾਮੀਟਰ ਵੀ ਪਿਆ, ਆਕਸੀਮੀਟਰ ਵੀ ਪਿਆ ਹੈ, ਤੇ ਨਾਲ ਨਾਲ ਇਹਨਾਂ ਨੇ ਸੈਨੇਟਾਈਜ਼ਰ, ਸੈਨੇਟਾਈਜ਼ਰ ਫੋਗ ਮਸ਼ੀਨ, ਨਾਲ ਨਾਲ ਹੀ ਮੋਬਾਈਲ ਸੈਨੇਟਾਈਜ਼ਰ ਵੀ ਇਹਨਾਂ ਨੇ ਰੱਖਿਆ। ਤੁਸੀਂ ਦੇਖ ਸਕਦੇ ਹੋ ਇਹ ਮੋਬਾਈਲ ਸੈਨੇਟਾਈਜ਼ਰ ਹੈ, ਇਹਦੇ ਨਾਲ ਮੋਬਾਈਲ ਨੂੰ ਸੈਨੇਟਾਈਜ਼ ਕੀਤਾ ਜਾਏਗਾ। ਸੋ ਇਹ ਸਾਰੇ ਬੰਦੋਬਸਤ ਸਕੂਲ ਵੱਲੋਂ ਕੀਤੇ ਗਏ ਨੇ ਤਾਂ ਕਿ ਕੋਰੋਨਾ ਵਾਇਰਸ ਵਰਗੀ ਜਿਹੜੀ ਬਿਮਾਰੀ ਹੈ ਉਹਦੇ ਤੋਂ ਬਚਿਆ ਜਾ ਸਕੇ। ਕੋਸ਼ਿਸ਼ ਕਰਾਂਗੇ ਔਰ ਸਕੂਲ ਖੁੱਲ੍ਹਣੇ ਵੀ ਚਾਹੀਦੇ ਆ। ਹੁਣ ਕਾਫੀ ਦੇਰ ਹੋ ਗਈ ਬੱਚਿਆਂ ਨੂੰ ਘਰ ਬੈਠੇ, ਬੱਚੇ ਵੀ ਬੋਰ ਹੋ ਗਏ ਆ। ਮੈਮ ਆਨਲਾਈਨ ਕਲਾਸਾਂ ਦਾ ਕਿਹਦਾ ਐਕਸਪੀਰੀਅੰਸ ਰਿਹਾ? ਆਨਲਾਈਨ ਕਲਾਸਾਂ ਇੱਕ ਸਾਰਿਆਂ ਵਾਸਤੇ ਹੀ, ਸਾਡੇ ਵਾਸਤੇ ਨਵਾਂ ਐਕਸਪੀਰੀਅੰਸ, ਈਵਨ ਟੀਚਰਸ ਵਾਸਤੇ ਵੀ ਔਰ ਬੱਚਿਆਂ ਵਾਸਤੇ ਵੀ। ਬਟ ਅੱਜ ਕੱਲ੍ਹ ਦੇ ਅਗਾਂਹ ਵੱਧ ਯੁੱਗ ਦੇ ਵਿੱਚ ਸਾਰੇ ਬੱਚੇ ਬੜੇ ਟ੍ਰੇਨਡ ਸੀਗੇ ਔਰ ਅਧਿਆਪਕ ਵੀ ਪੁੱਛੋ, ਅਧਿਆਪਕਾਂ ਨੇ ਵੀ ਬੱਚਿਆਂ ਦੀ ਮਦਦ ਕੀਤੀ ਔਰ ਬੱਚਿਆਂ ਨੇ ਸਿੱਖਿਆ ਸਾਰਾ ਕੁਛ ਔਰ ਕਲਾਸਾਂ ਵਧੀਆ। ਮੈਨੂੰ ਲੱਗਦਾ ਕਿ ਜਿਹੜੀਆਂ ਆਨਲਾਈਨ ਕਲਾਸਾਂ ਨਾਲੋਂ ਬੱਚਾ ਸਕੂਲ ਦੇ ਵਿੱਚ ਜਾ ਕੇ ਵਧੀਆ ਸਟੱਡੀ ਕਰ ਸਕਦਾ? ਬਿਲਕੁਲ, ਇਹ ਤਾਂ ਹੈ ਹੀ ਹੈ, ਬੱਚਾ ਸਕੂਲ ਦੇ ਵਿੱਚ ਆ ਕੇ ਜੋ ਕੁਛ ਸਿੱਖ ਸਕਦਾ ਉਹ ਘਰ ਕਦੇ ਨਹੀਂ ਸਿੱਖ ਸਕਦਾ। ਬਟ ਆਨਲਾਈਨ ਕਲਾਸਾਂ ਦੇ ਵਿੱਚ ਵੀ ਉਹਨਾਂ ਨੂੰ ਪੂਰੀ ਤਰ੍ਹਾਂ ਸਿਕਸ਼ਿਤ ਕੀਤਾ ਗਿਆ ਹੈ, ਪੂਰੀਆਂ ਉਹਨਾਂ ਨੂੰ ਨੋਰਮਸ ਵੈਲਿਊਜ਼ ਜੋ ਸਕੂਲ ਦੇ ਵਿੱਚ ਸਿਖਾਈਆਂ ਜਾਂਦੀਆਂ, ਨਾਲ ਦੀ ਨਾਲ ਉਹਨਾਂ ਨੂੰ ਪੂਰਾ ਉਹ ਵੀ ਦੱਸਿਆ ਜਾਂਦਾ ਸੀ। ਈਵਨ ਪੜ੍ਹਾਈ ਤੋਂ ਪਹਿਲਾਂ ਅਸੈਂਬਲੀ ਕਰਵਾਈ ਜਾਂਦੀ ਸੀ ਔਰ ਬੱਚਿਆਂ ਨੂੰ ਸਾਰੇ ਥੋਟਸ ਵਗੈਰਾ ਵੀ ਬੱਚਿਆਂ ਨੂੰ ਦੱਸੇ ਜਾਂਦੇ ਸੀ। ਅਤੇ ਮੈਮ ਸਕੂਲ ਵੱਲੋਂ ਕੀ ਕੀ ਤਿਆਰੀਆਂ ਕੀਤੀਆਂ ਗਈਆਂ? ਸਕੂਲ ਵੱਲ ਆਪਣੇ ਪੂਰੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਈਵਨ ਗੇਟ 'ਤੇ ਜੋ ਵੀ ਪੀਅਨ ਹੋਏਗਾ, ਉਹਨਾਂ ਬੱਚੇ ਜੋ ਵੀ ਆਏਗਾ, ਐਂਟਰੀ 'ਤੇ ਸਕਰੀਨਿੰਗ ਹੋਏਗੀ, ਈਵਨ ਸੈਨੇਟਾਈਜ਼ ਕੀਤਾ ਜਾਏਗਾ, ਈਵਨ ਦੂਰੀ ਮੇਨਟੇਨ ਕਰਨ ਦੇ ਵਾਸਤੇ ਸਰਕਲ ਬਣਾਏ ਗਏ ਨੇ ਤਾਂ ਕਿ 6 ਫੁੱਟ ਦੀ ਦੂਰੀ ਨੂੰ ਮੇਨਟੇਨ ਕੀਤਾ ਜਾ ਸਕੇ ਔਰ ਜੋ ਵੀ ਐਂਟਰ ਕਰੇਗਾ ਸਕੂਲ ਦੇ ਵਿੱਚ ਉਹ ਮਾਸਕ ਤੋਂ ਬਿਨਾਂ ਐਂਟਰੀ ਅਲਾਊਡ ਨਹੀਂ ਹੋਏਗੀ। ਆਪਕੇ ਬੱਚੇ ਸਕੂਲ ਮੇ ਆਏਂਗੇ ਜਾਂ ਨਹੀਂ? ਸਕੂਲ ਖੁੱਲ੍ਹਣੇ ਕਾ ਦੇਖੋ ਯੇ ਮਸਟ ਹੀ ਥਾ, ਕਿਉਂਕਿ ਸਾਰੇ ਅਗਰ ਹਮ ਦੇਖੇ ਗਵਰਨਮੈਂਟ ਕੀ ਤਰਫ ਸੇ ਜਿਤਨੇ ਵੀ ਇੰਸਟੀਟਿਊਟਸ ਹੈ ਤੋ ਲਗਭਗ ਸਾਰਾ ਕੁਛ ਹੀ ਖੁੱਲ੍ਹ ਗਿਆ, ਇੱਕ ਸਕੂਲਸ ਹੀ ਬਾਕੀ ਰਹਿ ਗਏ। ਤੋ ਯਹਾਂ ਤੱਕ ਬੱਚੋਂ ਕੀ ਸਟੱਡੀ ਕੇ ਲੈਵਲ ਕਾ ਹੈ, ਤੋ ਅਗਰ ਆਨਲਾਈਨ ਕਲਾਸਿਸ ਕੀ ਬਾਤ ਕਰੇ ਤੋ ਆਨਲਾਈਨ ਕਲਾਸਿਸ ਹੈ ਤੋ ਅੱਛੀ ਹੈ, ਲੇਕਿਨ ਜੋ ਬੱਚੇ ਕਾ ਆਪਣੇ ਟੀਚਰ ਕੇ ਸਾਥ ਇੰਟਰੈਕਸ਼ਨ ਹੈ ਜਾਂ ਜੋ ਸੋਸ਼ਲ ਵੈਲਿਊਜ਼ ਹੈ, ਮੋਰਲ ਵੈਲਿਊਜ਼ ਹੈ ਜਾਂ ਸਟੱਡੀ ਕੋ ਲੈ ਕੇ ਕਾਫੀ ਹੱਦ ਤੱਕ ਲੋਸ ਹੀ ਹੋਇਆ, ਤੋ ਸਕੂਲ ਖੁੱਲ੍ਹਣੇ ਜ਼ਰੂਰੀ ਹੈ। ਬਟ ਇਹ ਹੈ ਕਿ ਸਕੂਲ ਆਪਣੇ ਜੋ ਹੈ ਗਾਈਡਲਾਈਨਸ ਜੋ ਵੀ ਗਵਰਨਮੈਂਟ ਕੀ ਤਰਫ ਸੇ ਹੈ, ਚਾਹੇ ਉਹ ਕਲੀਨਲਾਈਨੈਸ ਕੋ ਲੈ ਕੇ ਹੈ, ਮਾਸਕ ਵਗੈਰਾ ਹੈ ਜਾਂ ਸੋਸ਼ਲ ਡਿਸਟੈਂਸਿੰਗ ਹੈ, ਉਹ ਮੇਨਟੇਨ ਕਰੇ ਔਰ ਪੇਰੈਂਟਸ ਵੀ ਆਪਣੇ ਬੱਚੋਂ ਕਾ ਸਾਈਡ ਬਾਏ ਸਾਈਡ ਧਿਆਨ ਰੱਖੇ। ਅਬ ਕਰੋਨਾ ਕੀ ਵਜ੍ਹਾ ਸੇ ਬੱਚੇ ਜੋ ਹੈ ਕਾਫੀ ਹੱਦ ਤੱਕ ਜੋ ਹੈ ਯੂਜ਼ ਟੂ ਹੋ ਗਏ ਹੈ ਇਸ ਬਿਮਾਰੀ ਸੇ, ਉਨਕੋ ਕਾਫੀ ਪਤਾ ਚੱਲ ਗਿਆ ਕਿ ਕੈਸੇ ਹਮਨੇ ਆਪਣੇ ਆਪ ਕੋ ਜੋ ਹੈ ਸੇਫ ਰੱਖਣਾ ਹੈ। ਇਹ ਲੱਗਦਾ ਕਿ ਅਭੀ ਫੈਮਲੀਆਂ ਕੋ ਆਪਣੇ ਬੱਚੇ ਸਕੂਲ ਮੇ ਭੇਜਣ ਜਾਏਗਾ, ਕੋਈ ਬੱਚੋਂ ਨੇ ਕਾਫੀ ਫੈਮਲੀ ਕੋ ਤੰਗ ਕਰ ਚੁੱਕਾ ਹੈ? ਹਾਂਜੀ, ਕਿਉਂਕਿ ਪੇਰੈਂਟਸ ਜੋ ਹੈ ਉਨਕੇ ਉੱਪਰ ਡਬਲ ਬਰਡਨ ਹੋ ਗਿਆ ਹੈ, ਵਰਕਿੰਗ ਜੋ ਵੂਮੈਨ ਹੈ, ਵਰਕ ਫਰੋਮ ਹੋਮ ਹੈ,
तो उनको साइड बाय साइड अपने बच्चों को भी देखना पड़ रहा है। तो पेरेंट्स के ऊपर बर्डन है, स्कूल खुलने चाहिए, लेकिन बच्चों को क्या है प्रॉपर अपनी सेफ्टी मेजरमेंट, उनको पेरेंट्स को गाइड करना चाहिए, स्कूल को जो है प्रॉपर गाइडेंस देनी चाहिए। तो सरकार का फैसला ठीक है? हाँ जी, गवर्नमेंट का फैसला ठीक है काफ़ी हद तक। भावना शर्मा, जगज्योति स्कूल, कौन सी क्लास? प्लस वन कॉमर्स। क्या कहना चाहते हो जो स्कूल खुल रहे हैं? काफ़ी अच्छा लग रहा है कि स्कूल खुलेंगे, क्योंकि हमारी जैसे ऑनलाइन क्लासेस लगती थी उसमें काफ़ी प्रॉब्लम आती थी, लेकिन अब अगर स्कूल खुल रहे हैं तो काफ़ी अच्छा, क्योंकि हमारी पढ़ाई भी अच्छे से हो जाएगी और हमें अच्छे से सिलेबस भी कंप्लीट हो जाएगा। ऑनलाइन क्लासों में क्या क्या प्रॉब्लम आई? ऑनलाइन क्लासेस में हमें नेटवर्क की काफ़ी प्रॉब्लम आती थी, जिसकी वजह से हमारी क्लास बीच में बंद हो जाती थी, जिसके कारण हमें समझ नहीं आता था। तो अभी स्कूल खुल रहे हैं, कैसा लग रहा है? काफ़ी अच्छा लग रहा है, क्योंकि जिस हम स्कूल में आएंगे हमारी अच्छे से पढ़ाई होगी, जो पुराना हमारा सिलेबस मतलब रह गया है वो भी कंप्लीट हो जाएगा।